ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਤੱਕ। ਹਾਂਜੀ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਉਹ 7861-96625। ਬਾਕੀ ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਾਂ ਕੋਈ ਵੀ ਸਾਧਨ ਵਿਕਾਊ ਹੈ ਉਹਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ 'ਤੇ ਪਾਉਣਾ ਚਾਹੁੰਦੇ ਹੋ, ਉਸਦੀਆਂ 5 ਤੋਂ 6 ਫੋਟੋਆਂ ਅਤੇ ਬਾਕੀ ਜਾਣਕਾਰੀ ਤੁਸੀਂ ਸਾਡੇ ਇਸੇ ਨੰਬਰ 'ਤੇ ਭੇਜ ਸਕਦੇ ਹੋ, ਅਸੀਂ ਬਿਲਕੁਲ ਫ੍ਰੀ 'ਚ ਤੁਹਾਡੀ ਐਡ ਲਗਾ ਦੇਵਾਂਗੇ। ਹਾਂਜੀ ਵੀਰੋ, ਕਿਸੇ ਜੀ ਦੇ ਤੁਸੀਂ ਫੋਟੋਆਂ ਭੇਜ ਦਿਓ ਉਹਦਾ ਰੇਟ ਆ ਜੋ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਮੰਗਿਆ ਕਰੋ, ਜਿਹੜੇ ਵੀਰ ਜ਼ਿਆਦਾ ਰੇਟ ਭੇਜਣਗੇ ਅਸੀਂ ਉਹਨਾਂ ਦੀ ਐਡ ਨਹੀਂ ਲਾਵਾਂਗੇ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰੀਤ 6059 ਟਰੈਕਟਰ ਬਾਰੇ। ਇਹ ਟਰੈਕਟਰ ਵੀਰੋ 2017 ਮਾਡਲ ਆ, ਬਾਕੀ ਕਾਪੀ ਵਗੈਰਾ ਦੀ 18 ਦੀ ਹੋਈ ਹੋਈ ਹੈ, 2017 ਦੇ ਲਾਸਟ ਮਹੀਨੇ ਦੇ 'ਚ ਆਇਆ ਹੋਇਆ। ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ, ਟਾਇਰਾਂ ਦੀ ਕੰਡੀਸ਼ਨ ਟਰੈਕਟਰ ਦੇ 85 ਪੈਸੇ ਟਾਇਰ ਨੇ, ਬਿਲਕੁਲ ਸਾਫ਼ ਸੁਥਰੇ ਨਾਲ ਦੇ ਟਾਇਰ, ਬਿਲਕੁਲ ਵਧੀਆ ਟਾਇਰ ਨੇਗੇ। ਅਤੇ ਬਾਕੀ ਸਾਰਾ ਟਰੈਕਟਰ ਆਲ ਓਰਿਜਨਲ ਹੈ, ਕਿਸੇ ਪ੍ਰਕਾਰ ਦਾ ਕੋਈ ਪ੍ਰੋਬਲਮ ਨਹੀਂ, ਟਰੈਕਟਰ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ, ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ। ਅਤੇ ਬਾਕੀ ਟਰੈਕਟਰ 1000 ਘੰਟਾ ਵੀ ਟਰੈਕਟਰ ਚੱਲਿਆ ਹੋਇਆ, ਬਿਲਕੁਲ ਵਧੀਆ ਸਾਰਾ ਓਰਿਜਨਲ ਟਰੈਕਟਰ ਚੱਲਿਆ ਹੋਇਆ। ਪੰਜਾਬ ਨੰਬਰ ਹੈ PV11 ਨੰਬਰ ਹੈ ਟਰੈਕਟਰ ਦਾ, ਅਤੇ ਬਾਕੀ 60 HP ਹੈ, 60 Hp ਹੈ ਟਰੈਕਟਰ। ਅਤੇ ਬਾਕੀ ਪਾਵਰ ਸਟੀਅਰਿੰਗ ਹੈ, ਪਾਵਰ ਪ੍ਰੈਸ਼ਰ ਵਾਲੇ ਬ੍ਰੇਕ ਹੈਗੇ, ਡਬਲ ਡਿਸਟਰੀਬਿਊਟਰ ਹੈ, ਅਤੇ ਬਾਕੀ ਡਬਲ ਕਲੱਚ ਹੈਗਾ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ। ਅਤੇ ਬਾਕੀ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਓਕੇ, ਦੂਜੇ ਨਾਂ ਹੈ ਟਰੈਕਟਰ ਇਹ। ਅਤੇ ਬਾਕੀ ਟਰੈਕਟਰ ਦੇ ਮਾਲਕ ਵੀਰ ਨੇ ਰੇਟ ਰੱਖਿਆ ਟਰੈਕਟਰ ਦਾ 4,90,000 ਰੁਪਇਆ, ਮੌਕੇ 'ਤੇ ਘੱਟ ਵੱਧ ਹੋਜੂ, ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਵੀਰ ਦਾ ਏਰੀਆ ਜੋ ਧੂਰੀ ਏਰੀਆ ਵੀਰ ਦਾ, ਵੀਰ ਦਾ ਜੋ ਮੋਬਾਈਲ ਨੰਬਰ ਹੈ ਉਹ SMS ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਇਹਦਾ ਚਲਾ ਕੇ ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਅਤੇ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਸਾਰਾ, ਜਿਹੜੀ ਅਸੈਸਰੀ ਵੀਰ ਨੇ ਲਾਉਣੀ ਸੀ ਉਹ ਆਪਦੀ ਲਾ ਰੱਖੇ ਹੈ, ਅਤੇ ਬਾਕੀ ਸਾਰਾ ਕੁਝ ਨਾਲ ਉਵੇਂ ਦਾ ਹੀ ਹੈ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਟਰੈਕਟਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੇ ਵਿੱਚ, ਬਿਲਕੁਲ ਵਧੀਆ ਕੰਡੀਸ਼ਨ ਚੱਲਦਾ ਸਾਰੇ ਹੀ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਫਾਰਮ ਸੈੱਟ EPI ਸੁਪਰ ਮੈਕਸ ਬਾਰੇ। ਇਹ ਟਰੈਕਟਰ ਵੀਰੋ 2015 ਮਾਡਲ ਆ, ਟਾਇਰਾਂ ਦੀ ਕੰਡੀਸ਼ਨ ਮਾਂਗਲੇ ਟਾਇਰ ਦੇ 70 ਪੈਸੇ ਨੇ ਅਤੇ ਮੂਹਰਲੇ ਟਾਇਰ 40 ਕੁ ਪੈਸੇ ਨੇ, ਬਿਲਕੁਲ ਵਧੀਆ ਸਾਫ਼ ਸੁਥਰੇ ਵਿਦਾਕ ਟਾਇਰ ਨੇ। ਅਤੇ ਬਾਕੀ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਮਾਲਕ ਵੀਰ ਵੱਲੋਂ, ਸਾਰਾ ਇੰਜਨ ਗੇਅਰ ਬਿਲਕੁਲ ਓਕੇ, ਰੰਗ ਪੇਂਟ ਸਾਰਾ ਓਰਿਜਨਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ। ਅਤੇ ਬਾਕੀ ਸਾਰਾ ਆਲ ਓਰਿਜਨਲ ਟਰੈਕਟਰ ਚੱਲਿਆ ਹੋਇਆ, ਕਿਸੇ ਪ੍ਰਕਾਰ ਦਾ ਕੋਈ ਪ੍ਰੋਬਲਮ ਨਹੀਂ, ਅਗਰ ਤੁਸੀਂ ਚਲਾ ਕੇ ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ, ਸਾਰਾ ਰੰਗ ਪੇਂਟ ਓਰਿਜਨਲ ਹੈ, ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੈਗੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਾਰਾ ਟਰੈਕਟਰ। ਹਰਿਆਣਾ ਨੰਬਰ ਹੈ ਟਰੈਕਟਰ, ਅਤੇ ਪਾਵਰ ਸਟੀਅਰਿੰਗ ਹੈ, ਸੈਂਟਰ ਗੇਅਰ ਹੈ, ਅਤੇ ਬਾਕੀ ਡਬਲ ਕਲੱਚ ਹੈ ਟਰੈਕਟਰ, ਕਿਸੇ ਪ੍ਰਕਾਰ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੇ ਵਿੱਚ। ਟਰੈਕਟਰ ਦੇ ਮਾਲਕ ਵੀਰ ਨੇ ਰੇਟ ਰੱਖਿਆ ਵੀਰੋ ਟਰੈਕਟਰ ਦਾ, ਉਹ 4,50,000 ਰੁਪਇਆ, ਬਾਕੀ ਮੌਕੇ 'ਤੇ ਘੱਟ ਵੱਧ ਹੋਈ, ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਵੀਰ ਦਾ ਏਰੀਆ ਜੋ ਕੁਰਸ਼ੇਤਰ ਏਰੀਆ ਵੀਰ ਦਾ, ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਹੈ। ਅਤੇ ਵੀਰ ਦਾ ਜੋ ਮੋਬਾਈਲ ਨੰਬਰ ਹੈ ਉਹ SMS ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਚਾਹੇ ਟਰੈਕਟਰ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਸਵਰਾਜ 855 ਬਾਰੇ। ਇਹ ਟਰੈਕਟਰ ਵੀਰੋ 1985 ਮਾਡਲ ਆ, ਟਾਇਰਾਂ ਦੀ ਕੰਡੀਸ਼ਨ ਮਾਂਗਲੇ ਟਾਇਰ ਬਿਲਕੁਲ ਨਵੇਂ ਨੇ ਅਤੇ ਅਗਲੇ ਟਾਇਰ 50 ਕੁ ਪੈਸੇ ਨੇ, ਬਿਲਕੁਲ ਸਾਫ਼ ਸੁਥਰੇ ਵਿਦਾਕ ਟਾਇਰ ਨੇ। ਅਤੇ ਬਾਕੀ ਰੰਗ ਪੇਂਟ ਟਰੈਕਟਰ ਸਾਰਾ ਓਰਿਜਨਲ ਰੰਗ ਪੇਂਟ ਟਰੈਕਟਰ ਦਾ, ਨਾਲ ਦਾ ਕੋਈ ਰੰਗ ਪੇਂਟ ਨਹੀਂ ਦੁਬਾਰਾ ਹੋਇਆ ਟਰੈਕਟਰ ਨੂੰ, ਸਾਰਾ ਨਾਲ ਦਾ ਰੰਗ ਪੇਂਟ ਹੈ। ਅਤੇ ਬਾਕੀ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਮਾਲਕ ਵੀ ਵੱਲੋਂ, ਇੰਜਨ ਗੇਅਰ ਵਗੈਰਾ ਕਰਾਇਆ ਹੋਇਆ ਸਾਰਾ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਅਤੇ ਪੰਜਾਬ ਨੰਬਰ ਹੈ ਟਰੈਕਟਰ, ਕਾਗਜ਼ ਪੱਤਰ ਵਗੈਰਾ ਹੈਗੇ ਆ ਮਾਲਕੀ ਰੂਲ ਸਾਰੇ। ਅਤੇ ਬਾਕੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੇ ਵਿੱਚ, ਜਦੋਂ ਤੁਸੀਂ ਚਲਾ ਕੇ ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੈਗੀ, ਇੰਜਨ ਗੇਅਰ ਵਗੈਰਾ ਸਾਰਾ ਬਿਲਕੁਲ ਓਕੇ ਹੈ। ਅਤੇ ਰੰਗ ਪੇਂਟ ਸਾਰਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਾਫ਼ ਸੁਥਰਾ ਰੰਗ ਪੇਂਟ ਪਿਆ ਟਰੈਕਟਰ ਦਾ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ। ਅਤੇ ਬਾਕੀ ਟਰੈਕਟਰ ਦੇ ਮਾਲਕ ਵੀਰ ਨੇ ਰੇਟ ਰੱਖਿਆ ਟਰੈਕਟਰ ਦਾ, ਉਹ 1,25,000 ਰੁਪਇਆ। ਅਤੇ ਵੀਰ ਦਾ ਏਰੀਆ ਜੋ ਉਹ ਮਹੌਲੀ ਕਲਾਂ ਪਿੰਡ ਹੈ, ਜੋ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪੈਂਦਾ ਹੈ। ਅਤੇ ਵੀਰ ਦਾ ਜੋ ਮੋਬਾਈਲ ਨੰਬਰ ਹੈ
ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਰੈਡਰ ਨੂੰ ਖਰੀਦ ਸਕਦੇ ਹੋ। ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਰੈਡਰ ਦੇ ਵਿੱਚ, ਸਾਰਾ ਰੈਡਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਬਿਲਕੁਲ ਓਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਰੈਡਰ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਫੋਰਡ 3600 ਬਾਰੇ। ਇਹ ਟਰੈਕਟਰ ਵੀਰੋ 1983 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ, ਅਗਲੇ ਟਾਇਰ 70 ਪੈਸੇ ਨੇ ਅਤੇ ਮੰਗਲੇ ਟਾਇਰ 45 ਪੈਸੇ ਨੇ। ਬਿਲਕੁਲ ਵਧੀਆ ਸਾਫ਼ ਸੁਥਰੇ ਵਿਦਾਕ ਟਾਇਰ ਨੇ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ 'ਚ ਟਰੈਕਟਰ ਹੈ। ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ। ਅਤੇ ਟਰੈਕਟਰ ਦਾ ਪੰਪ ਹੈ ਜੋ ਫਾਰਮ 60 ਵਾਲਾ ਪੰਪ ਲੱਗਿਆ ਹੋਇਆ ਟਰੈਕਟਰ ਨੂੰ, ਆਲ ਓਰੀਜਨਲ ਹੈ ਟਰੈਕਟਰ, ਕਿਸੇ ਪ੍ਰਕਾਰ ਦਾ ਕੋਈ ਰੰਗ ਪੇਂਟ ਨਹੀਂ ਕਰਾਇਆ, ਬਿਲਕੁਲ ਸਾਫ਼ ਸੁਥਰਾ ਓਰੀਜਨਲ ਰੰਗ ਪੇਂਟ ਹੈ ਟਰੈਕਟਰ ਦਾ, ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੈਗੀ। ਤੁਸੀਂ ਆਪਦਾ ਚਲਾ ਕੇ ਬਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਸਾਰਾ ਕੰਮ ਟਰੈਕਟਰ ਦਾ ਬਿਲਕੁਲ ਓਕੇ ਹੈ, ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਪੂਰੇ ਨੇ, ਅਤੇ ਪਾਸਿੰਗ ਵਗੈਰਾ ਕਾਪੀ ਦੀ 2021 ਤੱਕ ਪਾਸਿੰਗ ਕਰਵਾਈ ਹੋਈ ਹੈ, ਅਤੇ ਬਾਕੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੇ ਵਿੱਚ ਹੀ। ਸਾਰਾ ਬਿਲਕੁਲ ਸਾਫ਼ ਸੁਥਰਾ, ਤੁਸੀਂ ਦੇ ਫੋਟੋਆਂ ਵਗੈਰਾ ਟਰੈਕਟਰ ਦੀਆਂ ਦੇਖ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜ੍ਹਾ ਟਰੈਕਟਰ ਸਾਰਾ। ਟਰੈਕਟਰ ਦੇ ਮਾਲਕ ਵੀਰ ਦਾ ਏਰੀਆ ਜੋ ਨਾਭ ਆ ਏਰੀਆ ਵੀਰਾਂ ਦਾ, ਵੀਰਾਂ ਨੇ ਰੇਟ ਰੱਖਿਆ ਟਰੈਕਟਰ ਦਾ 20,000 ਰੁਪਇਆ, ਸੋਰੀ ਟਰੈਕਟਰ ਦਾ 1,20,000 ਰੁਪਇਆ ਰੇਟ ਰੱਖਿਆ ਵੀਰ ਨੇ। ਅਤੇ ਵੀਰ ਦਾ ਜੋ ਮੋਬਾਈਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ, ਸਾਰਾ ਟਰੈਕਟਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰ ਰਹੇ ਹਾਂ ਸਵਰਾਜ 735 ਬਾਰੇ। ਇਹ ਟਰੈਕਟਰ ਵੀਰੋ 1997 ਮਾਡਲ ਆ। ਟਾਇਰਾਂ ਦੀ ਕੰਡੀਸ਼ਨ, 50 ਪੈਸੇ ਟਾਇਰ ਨੇ, ਬਿਲਕੁਲ ਵਧੀਆ ਸਾਫ਼ ਸੁਥਰੇ ਵਿਦਾਕ ਟਾਇਰ ਨੇ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਸਾਰਾ ਟਰੈਕਟਰ। ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ। ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਸ਼ੀਕਿੰਗ ਵਗੈਰਾ ਨਹੀਂ ਇੰਜਨ ਗੇਅਰ ਦੇ ਵਿੱਚ, ਅਤੇ ਬਾਕੀ ਕਿਸੇ ਪ੍ਰਕਾਰ ਦਾ ਕੋਈ ਰੰਗ ਪੇਂਟ ਨਹੀਂ ਲਿਆ, ਉਹ ਇੰਜਨ ਵਗੈਰਾ ਤੋਂ ਸਾਫ਼ ਸੁਥਰਾ ਰੰਗ ਪੇਂਟ ਪਿਆ, ਅਤੇ ਬਾਕੀ ਸਰਵਿਸ ਵਗੈਰਾ ਸਾਰੀ ਹੋਈ ਹੈ ਟਰੈਕਟਰ ਦੀ। ਹਰਿਆਣੇ ਦਾ ਨੰਬਰ ਹੈ ਟਰੈਕਟਰ ਦਾ, HR 34 ਨੰਬਰ ਹੈ। NOC ਵਗੈਰਾ ਹੈਗੀ ਹੈ ਸਾਰੀ, ਮਾਲਕ ਵੀਰ ਨੇ ਮੰਗਾਈ ਹੋਈ ਹੈ NOC। ਅਤੇ ਬਾਕੀ ਸਾਰਾ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਆ, ਤੁਸੀਂ ਚਲਾ ਕੇ ਬਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ, ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜ੍ਹਾ ਟਰੈਕਟਰ। ਟਰੈਕਟਰ ਦੇ ਮਾਲਕ ਵੀਰ ਨੇ ਰੇਟ ਰੱਖਿਆ ਹੋਇਆ ਟਰੈਕਟਰ ਦਾ, ਉਹ 1,50,000 ਰੁਪਇਆ। ਅਤੇ ਵੀਰ ਦਾ ਏਰੀਆ ਜੋ ਸਰਸਾ ਏਰੀਆ ਦਾ, ਇੱਕ ਇਸੇ ਮਾਲਕ ਵੀਰ ਕੋਲ ਇੱਕ ਤਵੀਆਂ ਦਾ ਸੈੱਟ ਵੀ ਵਿਕਾਊ ਹੈ ਵੀਰੇ, 16 ਤਵੀਆਂ ਨੇ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਬਾਕੀ ਸਕਰੀਨ ਦੇ ਫੋਟੋਆਂ ਸ਼ੋ ਹੋ ਰਹੀਆਂ ਨੇ, ਤਵੀਆਂ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਨੇ। ਤਵਿਆਂ ਦੀ ਕੰਡੀਸ਼ਨ ਹੈ ਜੋ 80 ਕੁ ਪੈਸੇ ਤਵੇ ਪਏ ਨੇ, ਬਿਲਕੁਲ ਬਾਕੀ ਸੈੱਟ ਵਗੈਰਾ ਸਾਫ਼ ਕੰਡੀਸ਼ਨ ਦੇ ਵਿੱਚ ਪਿਆ, ਕਿਸੇ ਪ੍ਰਕਾਰ ਦੀ ਕੋਈ ਤਵੀਆਂ ਦੀ ਟੁੱਟ ਭੱਜ ਨਹੀਂ ਹੋਈ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਤਵੀਆਂ ਪਈਆਂ ਨੇ। ਤਵੀਆਂ ਦੇ ਮਾਲਕ ਵੀਰ ਨੇ ਰੇਟ ਰੱਖਿਆ ਤਵੀਆਂ ਦਾ 30,000 ਰੁਪਇਆ। ਅਤੇ ਇਹ ਵੀਰ ਦਾ ਵੀ ਜੋ ਏਰੀਆ ਸਰਸਾ ਏਰੀਆ, ਦੋਨੇ ਸਵਰਾਜ ਟਰੈਕਟਰ ਅਤੇ ਤਵੀਆਂ ਸੈੱਟ ਇੱਕੋ ਮਾਲਕ ਵੀਰ ਕੋਲ ਵਿਕਾਊ ਨੇ। ਅਤੇ ਬਾਕੀ ਵੀਰ ਦਾ ਜੋ ਮੋਬਾਇਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਤਵੀਆਂ ਨੂੰ ਖਰੀਦ ਸਕਦੇ ਹੋ। ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਤਵੀਆਂ ਦੇ ਵਿੱਚ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਚੱਲਦੀਆਂ ਨੇ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ ਹੋਈ, ਬੈਰਿੰਗ ਵਗੈਰਾ ਸਾਰੇ ਬਿਲਕੁਲ ਓਕੇ ਨੇ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ 2019 ਮਾਡਲ ਟਰਾਲੇ ਬਾਰੇ। ਇਹ ਟਰਾਲਾ ਵੀਰੋ 11 ਫੁੱਟ ਲੰਬਾ ਹੈ, 6.5 ਫੁੱਟ ਚੌੜਾ ਹੈ। ਇਹ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਬਿਲਕੁਲ ਨਵਾਂ ਟਰਾਲਾ ਹੈ, ਅਪ੍ਰੈਲ ਮਹੀਨੇ ਦੇ ਵਿੱਚ ਬਣਿਆ ਹੋਇਆ 2019 ਦੇ। ਇਹ ਇਕੱਲਾ ਤੂੜੀ ਵਾਲਾ ਸੀਜ਼ਨ ਲੱਗਿਆ ਟਰਾਲੇ ਨਾਲ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਅਤੇ ਬਾਕੀ ਟਰਾਲੇ ਦੇ ਟਾਇਰਾਂ ਦੀ ਕੰਡੀਸ਼ਨ ਹੈ, 40 ਪੈਸੇ ਟਾਇਰ ਨੇ, ਬਿਲਕੁਲ ਵਧੀਆ ਸਾਫ਼ ਸੁਥਰੇ ਟਾਇਰ ਨੇਗੇ। ਟਰਾਲੇ ਦਾ ਵੇਟ ਹੈ ਜੋ 18 ਕੁਇੰਟਲ ਤੋਂ ਪਲੱਸ ਹੈਗਾ ਵੇਟ ਦਾ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ, ਪੂਰਾ ਵਧੀਆ ਟਰਾਲਾ ਬਣਿਆ ਹੋਇਆ ਇਹ। ਅਤੇ ਬਾਕੀ ਲਿਫਟ ਪੰਪ ਵਗੈਰਾ ਪੂਰਾ ਵਧੀਆ ਲਿਫਟ ਪੰਪ ਲੱਗਿਆ ਹੋਇਆ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰਾਲੇ ਦੇ ਵਿੱਚ। ਅਤੇ ਵੀਰ ਨੇ ਰੇਟ ਰੱਖਿਆ ਟਰਾਲੇ ਦਾ 1,10,000 ਰੁਪਇਆ। ਅਤੇ ਵੀਰ ਦਾ ਏਰੀਆ ਜੋ ਮਲੇਰਕੋਟਲਾ ਏਰੀਆ ਵੀਰ ਦਾ, ਅਤੇ ਵੀਰ ਦਾ ਮੋਬਾਈਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰਾਲੇ ਨੂੰ ਖਰੀਦ ਸਕਦੇ ਹੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਦੂਸਰੀ ਟਰਾਲੀ ਬਾਰੇ। ਇਹ ਟਰਾਲੀ ਵੀਰੋ 2015 ਮਾਡਲ ਹੈ, ਅਤੇ 12 ਫੁੱਟ ਦੀ ਟਰਾਲੀ ਹੈ, 12 ਫੁੱਟ ਲੰਬੀ ਹੈ, 6.5 ਫੁੱਟ ਚੌੜੀ ਹੈ। ਇਹ ਰੰਗ ਪੇਂਟ ਸਾਰਾ ਦੁਬਾਰੇ ਹੋਇਆ ਟਰਾਲੀ ਨੂੰ, 2015 ਮਾਡਲ ਹੈ ਇਹ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ ਹੋਈ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਸਾਰੀ ਟਰਾਲੀ। ਅਤੇ ਬਾਕੀ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ, 40 ਕੁ ਪੈਸੇ ਕੰਡੀਸ਼ਨ ਹੈ ਉਹਦੇ ਟਾਇਰਾਂ ਦੀ, ਅਤੇ 19 ਕੁ ਮੰਟਲ 25 ਕਿਲੋ ਵੇਟ ਹੈ ਟਰਾਲੀ ਦੇ ਵਿੱਚ ਸਾਰਾ। ਲਿਫਟ ਪੰਪ ਵਗੈਰਾ ਪੂਰਾ ਵਧੀਆ, ਜੈੱਕ ਵਗੈਰਾ ਲੱਗਿਆ ਹੋਇਆ ਹੈ ਟਰਾਲੇ 'ਤੇ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਅਤੇ ਬਾਕੀ ਟਰਾਲੀ ਦੇ ਮਾਲਕ ਵੀਰ ਦਾ ਏਰੀਆ ਜੋ ਪਿੰਡ ਜੀਰਾ ਜੋ ਕਿ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ,
ਅਤੇ ਬਾਕੀ ਰੇਟ ਰੱਖਿਆ ਵੀਰ ਨੇ ਟਰਾਲੀ ਦਾ 1,15,000 ਰੁਪਇਆ। ਅਤੇ ਵੀਰ ਦਾ ਜੋ ਮੋਬਾਈਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ। ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰਾਲੀ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ ਹੋਈ ਟਰਾਲੀ ਦੇ ਵਿੱਚ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜੀ ਹੈ ਇਹ। ਹਾਂਜੀ ਵੀਰੋ, ਆਪਣੀ ਵੀਡੀਓ ਦੇ ਨੀਚੇ ਇੱਕ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਹੈ ਉਹ 'ਤੇ ਕਲਿੱਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦਾ ਬਟਨ ਵੀ ਪ੍ਰੈਸ ਕਰ ਲਓ, ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਨਾਲ ਹੀ ਆਪਣੀ ਵੀਡੀਓ ਨੂੰ ਸਾਰੇ ਨਵੇਂ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਕਿ ਵੱਧ ਤੋਂ ਵੱਧ ਆਪਣੇ ਚੈਨਲ 'ਤੇ ਨਵੇਂ ਵੀਰ ਜੁੜ ਸਕਣ, ਅਤੇ ਆਪਾਂ ਵੀਡੀਓ ਨੂੰ ਕੋਈ ਚੀਜ਼ਾਂ ਬਕਾਊ ਨੂੰ ਤੁਹਾਡੇ ਤੱਕ ਲੈ ਕੇ ਆ ਸਕੀਏ, ਅਤੇ ਤੁਹਾਡੇ ਵਾਲੀਆਂ ਚੀਜ਼ਾਂ ਉਹਨਾਂ ਤੱਕ ਆਪਾਂ ਲੈ ਕੇ ਜਾ ਸਕੀਏ। ਇਸ ਕਰਕੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਅਤੇ ਨਾਲ ਹੀ ਆਪਣੀ ਵੀਡੀਓ ਨੂੰ ਜਾਂਦੇ ਜਾਂਦੇ ਇੱਕ ਲਾਈਕ ਦਾ ਬਟਨ ਜ਼ਰੂਰ ਦੇ ਕੇ ਜਾਓ, ਤਾਂ ਕਿ ਜੋ ਆਪਣੀ ਸਾਰਿਆਂ ਦੀ ਮਿਹਨਤ ਉਹ ਸਫਲ ਹੋ ਸਕੇ, ਅਤੇ ਅਸੀਂ ਤੁਹਾਡੇ ਲਈ ਚੰਗੀਆਂ ਤੋਂ ਚੰਗੀਆਂ ਇਸ ਤਰ੍ਹਾਂ ਵੀਡੀਓ ਲੈ ਕੇ ਆ ਸਕੀਏ, ਹੋਰ ਚੀਜ਼ਾਂ ਬਕਾਊ ਉਹਨਾਂ ਦੀ ਐਡ ਤੁਹਾਡੇ ਕੋਲ ਲੈ ਕੇ ਆ ਸਕੀਏ, ਵਧੀਆ ਤੋਂ ਵਧੀਆ ਜੀ। ਧੰਨਵਾਦ ਵੀਰੋ।